ਕੀਤੀ ਕਿਸੇ ਨੂੰ ਮੈਸੇਜ ਕਰਦੇ ਹੀ ਰਹੀਦਾ ਅਲਟੀਮੇਟ ਮੂਵੀ ਆ ਮਜ਼ੇ ਵਾਲੀ ਆ ਮੂਵੀ ਤੁਸੀਂ ਵੇਖ ਰਹੇ ਹੋ ਪੰਜ ਦਰਿਆ ਨਿਊਜ਼ ਐਂਟਰਟੇਨਮੈਂਟ ਤੇ ਮੈਂ ਹਾਂ ਤੁਹਾਡੇ ਨਾਲ ਹਰਪ੍ਰੀਤ ਕੌਰ ਤੇ ਅੱਜ ਅਸੀਂ ਵੀਆਰ ਪੰਜਾਬ ਦੇ ਵਿੱਚ ਪਹੁੰਚ ਚੁੱਕੇ ਹਾਂ ਜਿੱਥੇ ਗਿੱਪੀ ਗਰੇਵਾਲ ਤੇ ਤਨੂ ਗਰੇਵਾਲ ਦੀ ਫਿਲਮ ਯਾਰ ਮੇਰਾ ਤਿਤਲੀਆਂ ਵਰਗਾ ਰਿਲੀਜ਼ ਹੋ ਚੁੱਕੀ ਹੈ ਤੇ ਅੱਜ ਅਸੀਂ ਆਡੀਅנס ਇਸ ਫਿਲਮ ਦਾ ਪਬਲਿਕ ਰਿਵਿਊ ਲਵਾਂਗੇ ਤਾਂ ਦੇਰ ਕਿਸ ਗੱਲ ਦੀ ਆਓ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਨੂੰ ਇਹ ਫਿਲਮ ਕਿਸ ਤਰ੍ਹਾਂ ਦੀ ਲੱਗੀ ਮੈਮ ਕਿਸ ਤਰ੍ਹਾਂ ਦੀ ਲੱਗੀ ਮੂਵੀ ਹਾਂਜੀ ਵਧੀਆ ਸੀਗੀ ਤਨੂ ਗਰੇਵਾਲ ਦੀ ਐਕਟਿੰਗ ਕਿਵੇਂ ਦੀ ਲੱਗੀ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਕਿੱਦਾਂ ਦੀ ਲੱਗੀ ਵਧੀਆ ਵਧੀਆ ਸਾਰੇ ਗਿੱਪੀ ਗਰੇਵਾਲ ਤਨੂ ਦੀ ਕਿੱਦਾਂ ਦੀ ਲੱਗੀ ਐਕਟਿੰਗ ਗਿੱਪੀ ਗਰੇਵਾਲ ਦੀ ਵਧੀਆ ਲੱਗੀ ਐਕਟਿੰਗ ਜੇ ਤੁਸੀਂ ਕਰੇ ਤਿੱਤੀਆਂ ਮੰਗੋ ਕਿੱਦਾਂ ਜਿਵੇਂ ਗਿੱਪੀ ਗਰੇਵਾਲ ਨੇ ਕੀਤਾ ਹਾਂ ਵਧੀਆ ਮੈਸੇਜ ਵਗੈਰਾ ਕੀਤੇ ਕਿਸੇ ਨੂੰ ਮੈਸੇਜ ਕਰਦੇ ਰਹੀਦਾ ਲੱਗੀ ਯਾਰ ਮੇਰਾ ਤਿੱਤੀਆਂ ਵਰਗੀ ਮੂਵੀ ਬਹੁਤ ਵਧੀਆ ਮੂਵੀ ਹੈ ਬਹੁਤ ਵਧੀਆ ਬਹੁਤ ਹੀ ਜ਼ਿਆਦਾ ਫਿਲਮ ਹੈ ਜੀ ਤੇ ਇਸ 'ਚ ਬਹੁਤ ਹੀ ਵਧੀਆ ਜਿਵੇਂ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਗਿੱਪੀ ਗਰੇਵਾਲ ਦੀ ਤੇ ਬਹੁਤ ਹੀ ਬੱਚੇ ਦੀ ਵੀ ਐਕਟਿੰਗ ਬਹੁਤ ਸੋਹਣੀ ਹੈ ਜੀ ਇਸ 'ਚ ਦਿਖਾਇਆ ਗਿਆ ਕਿਵੇਂ ਕਿ ਅੱਜ ਕੱਲ੍ਹ ਜਿਹੜਾ ਯੂਥ ਹੈ ਉਹ ਫੋਨਾਂ ਪਿੱਛੇ ਹੋ ਗਿਆ ਕਿਸੇ ਕੋਲ ਟਾਈਮ ਨਹੀਂ ਹੈ ਹਰ ਬੰਦਾ ਜੋ ਵੀ ਹੈ ਮੀਨਸ ਹਸਬੈਂਡ ਵਾਈਫ ਵੀ ਹੈ ਅੱਜ ਕੱਲ੍ਹ ਖੁੱਲ੍ਹ ਕੇ ਗੱਲ ਨਹੀਂ ਕਰਦੇ ਪਏ ਮਿਲਦੇ ਨਹੀਂ ਹੈ ਉਹ ਸਾਰਾ ਚੀਜ਼ ਦੱਸਿਆ ਗਿਆ ਇਸ 'ਚ ਫੋਨ 'ਚ ਬੜੇ ਰਹਿੰਦੇ ਨੇ ਹੈ ਨਾ ਰਹਿੰਦੇ ਹਰ ਟਾਈਮ ਫੋਨ ਹੀ ਹੋ ਗਿਆ ਲਾਈਫ 'ਚ ਤਾਂ ਹੋਰ ਕੁਛ ਨਹੀਂ ਹੈ ਰਿਲੇਸ਼ਨ ਕੁਛ ਨਹੀਂ ਹੈ ਕੋਈ ਰਿਸ਼ਤੇਦਾਰ ਨਹੀਂ ਕੋਈ ਕੁਛ ਨਹੀਂ ਹੈ ਸਭ ਕੁਝ ਜੋ ਹੈ ਸੋ ਫੋਨ 'ਚ ਹੀ ਹੈ ਬਸ ਇਹ ਚੀਜ਼ ਦਿਖਾਇਆ ਗਿਆ ਉਹ 'ਚ ਤਾਂ ਬਹੁਤ ਹੀ ਵਧੀਆ ਫਿਲਮ ਹੈ ਤੇ ਜਿਹੜੀਆਂ ਹੋਰ ਫਿਲਮਾਂ ਇਸ ਤੋਂ ਪਹਿਲਾਂ ਆਈਆਂ ਨੇ ਉਸ ਤੋਂ ਨਾਲ ਕਿੰਨੀ ਕੁ ਹਟ ਕੇ ਸੀ ਇਹ ਮੂਵੀ ਬਹੁਤ ਹੀ ਲੱਗ ਗਿਆ ਤੇ ਸੱਚਾਈ ਦਿਖਾਈ ਗਈ ਹੈ ਇਸ 'ਚ ਜੋ ਅੱਜ ਹੋ ਰਿਹਾ ਅੱਜ ਕੱਲ੍ਹ ਇੱਦਾਂ ਚੱਲ ਰਿਹਾ ਜੋ ਆਪਣੇ ਅੱਜ ਕੱਲ੍ਹ ਟਾਈਮ 'ਚ ਉਹ ਚੀਜ਼ ਦਿਖਾਈ ਗਈ ਹੈ ਤਾਂ ਬਹੁਤ ਹੀ ਹਟਕੇ ਮੂਵੀ ਹੈ ਉਸ 'ਤੇ ਤਾਂ ਬਹੁਤ ਹੀ ਅੱਛਾ ਮੈਸੇਜ ਹੈ ਨਾ ਕਿ ਫੋਨ 'ਤੇ ਬਾਹਰ ਵੀ ਦੁਨੀਆ ਹੈ ਰਿਸ਼ਤੇ ਹੈ ਰਿਲੇਸ਼ਨ ਹੈ ਜੋ ਹੈ ਉਹਨਾਂ ਨੂੰ ਵੀ ਟਾਈਮ ਦਿਓ ਇਹ ਚੀਜ਼ ਦੱਸੀ ਗਈ ਹੈ ਫਿਲਮ 'ਚ ਜੀ ਥੈਂਕ ਯੂ ਸੋ ਮੱਚ ਠੀਕ ਲੱਗੀ ਵਧੀਆ ਲੱਗੀ ਗਿੱਪੀ ਗਰੇਵਾਲ ਦੇ ਤੈਨੂੰ ਗਰੇਵਾਲ ਦੀ ਕਿਸ ਤਰ੍ਹਾਂ ਦੀ ਐਕਟਿੰਗ ਲੱਗੀ ਵਧੀਆ ਲੱਗੀ ਕਮੇਡੀ ਰੋਲ ਬਹੁਤ ਵਧੀਆ ਕਰਦੇ ਹੋ ਇਸ ਮੈਸੇਜ ਦਿੰਦੀ ਹੈ ਫਿਲਮ ਇਹ ਨਹੀਂ ਕਰਦੀ ਵੀ ਰਿਸ਼ਤੇ ਨੂੰ ਦੋਨੋਂ ਨਜ਼ਰੀਆਂ ਨਾਲ ਦੇਖੋ ਇਹ ਚੀਜ਼ ਦਾ ਮੈਸੇਜ ਕਰਦੇ ਹੋ ਹੋਰ ਤਾਂ ਬਾਕੀ ਸਭ ਕੁਝ ਵਧੀਆ ਲੱਗੀ ਫਿਲਮ ਇਹ ਓਵਰਆਲ ਠੀਕ ਆ ਨਾਰਮਲ ਮੂਵੀ ਹੈ ਸਹੀ ਕਿਸ ਤਰ੍ਹਾਂ ਦੀ ਲੱਗੀ ਮੂਵੀ ਕਹਿਣ ਦੇ ਜੀ ਕਹਿਣ ਦੀ ਮੂਵੀ ਹਾਂਜੀ ਤੈਨੂੰ ਗਰੇਵਾਲ ਦੀ ਐਕਟਿੰਗ ਕਿਵੇਂ ਲੱਗੀ ਵਧੀਆ ਦੀ ਜੀ ਕੀ ਮੈਸੇਜ ਦਿੰਦੀ ਆ ਮੈਸੇਜ ਵੀ ਆਪਣੇ ਰਿਸ਼ਤੇ ਵਧੀਆ ਰੱਖੋ ਬਸ ਇਹੀ ਹੈ ਜੀ ਮੈਸੇਜ ਸਹੀ ਕਿਸ ਦਾ ਬੜੀਆ ਸੀ ਜੀ ਕੀ ਮੈਸੇਜ ਦਿੰਦੀ ਆ ਫਿਲਮ ਵਧੀਆ ਮਤਲਬ ਘਰ 'ਚ ਸਹੀ ਰਹਿਣਾ ਚਾਹੀਦਾ ਇੱਕ ਦੂਜੇ ਨਾਲ ਰਿਲੇਸ਼ਨਸ਼ਿਪ ਵਧੀਆ ਰੱਖਣਾ ਚਾਹੀਦਾ ਗਿੱਪੀ ਗਰੇਵਾਲ ਦੀ ਐਕਟਿੰਗ ਕਿਵੇਂ ਲੱਗੀ ਉਹ ਐਕਟਿੰਗ ਤਾਂ ਉਹਨਾਂ ਦੀ ਵੈਸੇ ਹੀ ਵਧੀਆ ਹੁੰਦੀ ਹੈ ਸਰ ਕਿੰਨੇ ਸਟਾਰ ਦੋਗੇ 5 ਚ 5 ਹੈ ਜੀ ਮੈਮ ਕਿਸ ਤਰ੍ਹਾਂ ਦੀ ਲੱਗੀ ਬਹੁਤ ਵਧੀਆ ਬਹੁਤ ਗਿੱਪੀ ਗਰੇਵਾਲ ਦੀ ਐਕਟਿੰਗ ਕਿਵੇਂ ਲੱਗੀ ਵੈਰੀ ਨਾਈਸ ਬਹੁਤ ਵਧੀਆ ਸੀ ਕਿੰਨੇ ਸਟਾਰ ਦੋਗੇ ਕਿੰਨੇ ਸਟਾਰ 5 ਸਟਾਰ ਸਰ ਕਿਦਾਂ ਦੀ ਲੱਗੀ ਅੱਛੀ ਮੂਵੀ ਸੀ ਕਿਦਾਂ ਦੀ ਲੱਗੀ ਐਕਟਿੰਗ ਬੜੀਆ ਮੈਮ ਬੜੀਆ ਸਹੀ ਕਿਸ ਤਰ੍ਹਾਂ ਦੀ ਲੱਗੀ ਮੂਵੀ ਬਹੁਤ ਵਧੀਆ ਮੂਵੀ ਸੀ ਫੁੱਲ ਆਫ ਇਮੋਸ਼ਨਸ ਐਂਡ ਫਨ ਤੇ ਗਿੱਪੀ ਗਰੇਵਾਲ ਤਨੂ ਗਰੇਵਾਲ ਦੀ ਐਕਟਿੰਗ ਕਿਸ ਤਰ੍ਹਾਂ ਦੀ ਲੱਗੀ ਬਹੁਤ ਵਧੀਆ ਬਹੁਤ ਵਧੀਆ ਤੇ ਜਿਹੜੀਆਂ ਬਾਕੀਆਂ ਫਿਲਮਾਂ ਨੇ ਉਹਨਾਂ ਨਾਲੋਂ ਹਟ ਕੇ ਸੀ ਇਹ ਫਿਲਮ ਬਿਲਕੁਲ ਬੜੇ ਚਿਰਾਂ ਬਾਅਦ ਇੱਕ ਪੰਜਾਬੀ ਮੂਵੀ ਐਸੀ ਆਈ ਹੈ ਜਿਹਦੇ ਵਿੱਚ ਕੀ ਸਾਨੂੰ ਪਿਆਰ ਕਾਮੇਡੀ ਤੇ ਇਮੋਸ਼ਨ ਦਾ ਬੜਾ ਅੱਛਾ ਮਿਕਸਚਰ ਮਿਲਿਆ ਬਹੁਤ ਵਧੀਆ ਮੈਮ ਮੂਵੀ ਹੈ ਮਤਲਬ ਕਿ ਅਲਟੀਮੇਟ ਮੂਵੀ ਹੈ ਮਜ਼ੇ ਵਾਲੀ ਆ ਮੂਵੀ ਬਹੁਤ ਵਧੀਆ ਹੋਰ ਕੀ ਕਹਿਣਾ ਚਾਹੋਗੇ ਬਾਕੀ ਇਹਨਾਂ ਨੂੰ ਪੁੱਛ ਲਓ ਮੈਡਮ ਬਹੁਤ ਸੋਹਣੀ ਮੂਵੀ ਬਣਾਈ ਆ ਗਿੱਪੀ ਗਿੱਪੀ ਭਾਜੀ ਦਾ ਬਹੁਤ ਰੋਲ ਬਹੁਤ ਸੋਹਣਾ ਬਣਾਇਆ ਕਰਿਆ ਹੋਇਆ ਤੇ ਨਾਲ ਉਹ ਬੱਚੇ ਦੀ ਐਕਟਿੰਗ ਬਹੁਤ ਸੋਹਣੀ ਆ ਤੇ ਮਤਲਬ ਬਹੁਤ ਵਧੀਆ ਇੱਕ ਮੈਸੇਜ ਵੀ ਦਿੱਤਾ ਹੋਇਆ ਵੀ ਲੋਕ ਅੱਜ ਕੱਲ੍ਹ ਵੀ ਮਤਲਬ ਆਪਣੇ ਫੋਨਾਂ ਤੇ ਲੱਗੇ ਰਹਿੰਦੇ ਨੇ ਵੀ ਬੱਚਿਆਂ ਨੂੰ ਦੇਖਦੇ ਨਹੀਂ ਹੈਗੇ ਬਸ ਮੈਨੂੰ ਬਹੁਤ ਸੋਹਣੀ ਲੱਗੀ ਮੂਵੀ ਮਜ਼ਾ ਆ ਗਿਆ ਦੇ ਸੋ ਫਾਈਨਲੀ ਦੋਸਤੋ ਅਸੀਂ ਯਾਰ ਮੇਰਾ ਤਿਤਲੀਆਂ ਵਰਗਾ ਦਾ ਪਬਲਿਕ ਰਿਵਿਊ ਕਰ ਚੁੱਕੇ ਹਾਂ ਤੇ ਆਡੀਅנס ਨੂੰ ਤਾਂ ਇਹ ਫਿਲਮ ਬਾ ਕਮਾਲ ਦੀ ਲੱਗ ਰਹੀ ਹੈ ਪਰ ਜੇਕਰ ਤੁਸੀਂ ਇਹ ਫਿਲਮ ਹਲੇ ਤੱਕ ਨਹੀਂ ਵੇਖੀ ਤਾਂ ਆਪਣੇ ਨਜ਼ਦੀਕ ਦੇ ਸਿਨੇਮਾ ਘਰਾਂ ਦੇ ਵਿੱਚ ਜਾਓ ਤੇ ਇਸ ਫਿਲਮ ਨੂੰ ਵੇਖੋ ਤੇ ਆਪਣੇ ਰਿਵਿਊ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੇਣਾ ਨਾ ਭੁੱਲਿਓ ਇਸ ਦੇ ਨਾਲ ਹੀ ਮੈਨੂੰ ਹਰਪ੍ਰੀਤ ਕੌਰ ਨੂੰ ਜਾਣ ਦੀ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਪੰਜ ਦਰਿਆ ਨਿਊਜ਼ ਐਂਟਰਟੇਨਮੈਂਟ Thank you.